ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਕਰਾਮਾਤ ਕੀਤੀ ਸੀ ਜਦੋਂ ਉਹ 10 ਵਰਿਆਂ ਦੇ ਸਨ, ਜਦੋਂ ਉਹ ਖੇਤਾਂ ਦੇ ਵਿੱਚ ਮੱਝਾਂ ਚਾਰਨ ਦੇ ਲਈ ਲੈ ਕੇ ਗਏ। ਵੀਡੀਓ ਨੂੰ ਪੂਰੇ ਐਂਡ ਤੱਕ ਵੇਖਣਾ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਗੁਰੂ ਜੀ 10 ਵਰਿਆਂ ਦੇ ਸਨ ਜਦੋਂ ਮੱਝਾਂ ਚਾਰਨ ਗਏ, ਵਾਹਿਗੁਰੂ ਦੀ ਯਾਦ ਵਿੱਚ ਜੁੜ ਗਏ ਤਾਂ ਮੱਝਾਂ ਇੱਕ ਜੱਟ ਦੇ ਖੇਤ ਦੇ ਵਿੱਚ ਪੈ ਗਈਆਂ ਅਤੇ ਖੂਬ ਉਜਾੜਾ ਕੀਤਾ। ਜੱਟ ਨੇ ਰਾਏ ਬੁਲਾਰ ਕੋਲ ਸ਼ਿਕਾਇਤ ਕੀਤੀ। ਉਹਨਾਂ ਨੇ ਨਾਨਕ ਜੀ ਨੂੰ ਸੱਦ ਕੇ ਪੁੱਛਿਆ ਤਾਂ ਉੱਤਰ ਮਿਲਿਆ, ਮੱਝਾਂ ਖੇਤ ਵਿੱਚ ਪਈਆਂ ਜ਼ਰੂਰ ਸਨ ਪਰ ਉਜਾੜਾ ਤਾਂ ਨਹੀਂ ਕੀਤਾ ਹੋਣਾ ਚਾਹੀਦਾ। ਰਾਏ ਬੁਲਾਰ ਨੇ ਜੱਟ ਨਾਲ ਇੱਕ ਆਦਮੀ ਭੇਜਿਆ ਤਾਂ ਜੱਟ ਵੇਖ ਕੇ ਹੈਰਾਨ ਰਹਿ ਗਿਆ ਕਿ ਖੇਤ ਦਾ ਜਿਹੜਾ ਹਿੱਸਾ ਉਜੜਿਆ ਹੋਇਆ ਸੀ ਉਸ ਵਿੱਚ ਫਸਲ ਖੂਬ ਲਹਿ ਲਹਾ ਰਹੀ ਸੀ ਅਤੇ ਉਜਾੜੇ ਦਾ ਤਾਂ ਕੋਈ ਨਾਮ ਨਿਸ਼ਾਨ ਹੀ ਨਹੀਂ ਸੀ। ਇਹ ਸਭ ਵੇਖਣ ਉਪਰੰਤ ਜੱਟ ਨੇ ਆਪ ਹੀ ਰਾਏ ਬੁਲਾਰ ਨੂੰ ਜਾ ਕੇ ਕਹਿ ਦਿੱਤਾ ਕਿ ਨਾਨਕ ਜੀ ਕੋਈ ਆਮ ਬਾਲਕ ਨਹੀਂ, ਇਹ ਹਮੇਸ਼ਾ ਪਿਆਰ ਭਰੀਆਂ ਸਿਆਣੀਆਂ ਗੱਲਾਂ ਹੀ ਕਰਦੇ ਨੇ ਅਤੇ ਹਰ ਸਮੇਂ ਸੱਚੇ ਰੱਬ ਨਾਲ ਇੱਕਮਿੱਕ ਹੋਏ ਰਹਿੰਦੇ ਨੇ। ਜਦੋਂ 11 ਵਰਿਆਂ ਦੇ ਹੋਏ ਤਾਂ ਇੱਕ ਦਿਨ ਗੁਰੂ ਜੀ ਇੱਕ ਰੁੱਖ ਥੱਲੇ ਸੁੱਤੇ ਪਏ ਸਨ। ਤਰਾਏ ਬੁਲਾਰ ਜੋ ਉਸ ਰਸਤੇ ਉੱਤੋਂ ਲੰਘ ਰਹੇ ਸਨ, ਉਹਨਾਂ ਵੇਖਿਆ ਕਿ ਬਾਕੀ ਰੁੱਖਾਂ ਦੇ ਪਰਛਾਵੇਂ ਸੂਰਜ ਦੀ ਦਸ਼ਾ ਅਨੁਸਾਰ ਢਲੇ ਹੋਏ ਸਨ, ਪਰ ਜਿਸ ਰੁੱਖ ਦੀ ਛਾਂ ਗੁਰੂ ਜੀ ਉੱਤੇ ਪੈ ਰਹੀ ਸੀ ਉਸ ਰੁੱਖ ਦੇ ਪਰਛਾਵੇਂ ਉੱਤੇ ਸੂਰਜ ਦੀ ਦਸ਼ਾ ਦਾ ਕੋਈ ਅਸਰ ਨਹੀਂ ਸੀ। ਇਹ ਕੌਤਕ ਵੇਖ ਕੇ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਕਿ ਇਹ ਕੋਈ ਵਲੀ ਖੁਦਾਏ ਮੇਰੇ ਪਿੰਡ ਵਿੱਚ ਪੈਦਾ ਹੋਇਆ, ਅਸੀਂ ਕਿੱਡੇ ਭਾਗਾ ਵਾਲੇ ਹਾਂ। ਫਿਰ ਉਹਨਾਂ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਇਹ ਤੇਰਾ ਪੁੱਤਰ ਨਹੀਂ, ਕੋਈ ਵੱਡਾ ਬਜ਼ੁਰਗ ਹੈ। ਫਿਰ ਅਗਲੇ ਦਿਨ ਜਦੋਂ ਸਤਿਗੁਰੂ ਨਾਨਕ ਦੇਵ ਜੀ ਦੇ ਮੁਖੜੇ ਉੱਤੇ ਸੱਪ ਨੂੰ ਛਾਂ ਕਰਦੇ ਹੋਏ ਰਾਏ ਬੁਲਾਰ ਨੇ ਆਪਣੀ ਅੱਖੀਂ ਵੇਖਿਆ ਤਾਂ ਸੱਪ ਘੋੜੀ ਦੀ ਟਾਪ ਦੀ ਆਵਾਜ਼ ਸੁਣ ਕੇ ਆਪਣੀ ਫਨ ਸਮੇਟ ਕੇ ਆਪਣੀ ਖੁੱਡ ਵਿੱਚ ਵੜ ਗਿਆ ਤੇ ਨਾਨਕ ਜੀ ਮੁਸਕਰਾਉਂਦੇ ਹੋਏ ਉੱਠ ਗਏ। ਇਹ ਕੌਤਕ ਵੇਖ ਕੇ ਰਾਏ ਬੁਲਾਰ ਪੁਕਾਰ ਉੱਠਿਆ, ਇਹਨਾਂ ਕੋਲ ਤਾਂ ਜ਼ਹਿਰ ਵੀ ਆ ਕੇ ਅੰਮ੍ਰਿਤ ਬਣ ਜਾਂਦਾ ਹੈ। ਮੇਰੇ ਪਿੰਡ ਦੇ ਵੱਡੇ ਭਾਗ ਨੇ ਕਿ ਐਡੀ ਵੱਡੀ ਅਜ਼ਮਤ ਵਾਲਾ ਕੋਈ ਮਹਾਂਪੁਰਖ ਇੱਥੇ ਪੈਦਾ ਹੋਇਆ ਜਿਸ ਨੂੰ ਸੱਪ ਵੀ ਨਮਸਕਾਰ ਕਰਦੇ ਨੇ। ਰਾਏ ਬੁਲਾਰ ਨੇ ਇਹਨਾਂ ਤਿੰਨਾਂ ਕੌਤਕਾਂ ਤੋਂ ਪ੍ਰਭਾਵਿਤ ਹੋ ਕੇ ਮਹਿਤਾ ਕਾਲੂ ਜੀ ਨੂੰ ਆਖਿਆ ਸੀ, ਵੇਖੀ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਵੀਂ, ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੇ ਪਿੰਡ ਵਿੱਚ ਨਾਨਕ ਜੀ ਵਰਗੇ ਖੁਦਾ ਦੇ ਪਿਆਰੇ ਅਤੇ ਅਜ਼ੀਮ ਬਾਲਕ ਦਾ ਜਨਮ ਹੋਇਆ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।